ਅੱਜ ਆਪਣੇ ਹੈਗਾ ਭਰਾ ਦਾ ਹੈਪੀ ਬਰਥਡੇ ਤੇ ਬਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਰੱਬ ਤਰੱਕੀਆਂ ਦੇਵੇ। ਇਹਨਾਂ ਨੇ ਆਉਣਾ ਹੈਗਾ ਟ੍ਰੈਕਿੰਗ ਤੋਂ ਇਲਾਵਾ ਮੁੰਡੇ ਸਕਿੱਲ ਜੌਬ ਸਿੱਖ ਕੇ ਆਉਣਾ। ਲੈ ਕੇ ਜਾਣੀ ਸੀ ਅੱਜ ਸੁਪਰ ਵੀ, ਅਤੇ ਸੁਪਰ ਵੀ ਦੀ ਟਾਰਪ ਸਾਰੀ ਖਰਾਬ ਸੀ। ਬਾਈ ਆਇਆ ਸੀਗਾ, ਇਹ ਬਾਈ ਟ੍ਰਿਪ ਤੋਂ ਆਇਆ ਅਤੇ ਬਾਈ ਆਪਣੀ ਹੈਲਪ ਕਰ ਰਿਹਾ ਅਤੇ ਨਾਲ ਆਪਾਂ ਵੀ ਕੰਮ ਕਰ ਰਹੇ ਹਾਂ। ਬਾਈ ਨਾਂ ਕੀ ਹੱਥ ਥੋੜ੍ਹਾ? ਗੁਰਦੇਵ ਨੇ। ਠੀਕ ਹੈ ਬਾਈ, ਧੰਨਵਾਦ। ਬਾਈ ਨੂੰ ਪਤਾ ਸੀਗਾ ਵੀ ਇਹ ਕਿੱਦਾਂ ਚਲਾਉਣੀ, ਕਿਉਂਕਿ ਮੈਂ ਪਹਿਲੀ ਵਾਰੀ ਲੈ ਕੇ ਚੱਲਿਆ ਹੈ ਨਾ ਇਹਨੂੰ। ਸੋ ਬਾਈ ਕੋਲ ਐਕਸਪੀਰੀਅੰਸ ਹੈਗਾ ਇਹਦਾ, ਬਾਈ ਨੇ ਆਪਾਂ ਨੂੰ ਦੱਸਿਆ, ਧੰਨਵਾਦ। ਅਤੇ ਹੁਣ ਬਾਈ ਨਾਲ ਆਪਾਂ ਟਾਰਪ ਲੋਟ ਕਰਾ ਦਈਏ। ਟਾਰਪ ਦੀ ਨਾ ਸਾਰੀ ਇੱਧਰ ਉੱਧਰ ਉੱਡੀ ਪਈ ਸੀਗੀ। ਅੱਜ ਆਪਣੇ ਹੈਗਾ ਭਰਾ ਦਾ ਹੈਪੀ ਬਰਥਡੇ ਤੇ ਬਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਰੱਬ ਤਰੱਕੀਆਂ ਦੇਵੇ ਵੀਰ ਨੂੰ। ਅਤੇ ਮੈਨੂੰ ਬਾਈ ਨੇ ਜਾਂਦੇ ਜਾਂਦੇ ਨੇ ਦੱਸਿਆ, ਬਾਈ ਕਹਿੰਦਾ ਵੀ ਮੇਰਾ ਹੈਪੀ ਬਰਥਡੇ ਆ। ਸੋ ਸਾਡੀ ਕੰਪਨੀ ਇੰਨੀ ਗਾ ਅਤੇ ਮੇਰੇ ਇੰਨੇ ਗਾ, ਬਾਈ ਨੂੰ ਹੈਪੀ ਬਰਥਡੇ, ਬਹੁਤ ਬਹੁਤ ਮੁਬਾਰਕਾਂ। ਆਹ ਤਾਂ ਯਾਰ ਲਹੂ ਪੀ ਲਿਆ ਯਾਰ ਮੇਰਾ, ਲਾਏ ਨੇ ਯਾਰ ਲੋੜ ਜਿਹਨੇ, ਮਸਾਂ ਮੈਂ ਸਹੀ ਕੀਤਾ ਮਸਾਂ। ਸੁਪਰ ਵੀ ਦਾ ਲੋੜ ਆ ਅਤੇ ਪਰ ਟਾਰਪਾਂ ਟੂਰਪਾਂ ਮਸਾਂ ਸਹੀ ਕੀਤੀਆਂ ਮੈਂ, ਆਹ ਵੀ ਮਗਰੋਂ ਵੀ ਉੱਡੀ ਜਾਂਦਾ ਇਹਨੂੰ। ਚਲੋ ਆਪਾਂ ਇੱਧਰੋਂ ਪਾ ਦਾ, ਆਪਾਂ ਬਜਾ ਨਿਕਲਿਆ ਪਿਆ ਬਾਹਰ ਨੂੰ। ਹੁਣ ਬੰਜੀਆਂ ਦੇਣਾ ਆ ਟਰੱਕ 'ਚ, ਬੰਜੀਆਂ ਮਾਰਦੇ ਇਹਨਾਂ ਨੂੰ, ਕਿਉਂਕਿ ਆਹ ਵੀ ਉੱਡੀ ਜਾਂਦਾ ਆ। ਹੁਣ ਇੱਥੇ ਸਕੇਲ ਜੀ ਬਣੀ, ਇੱਥੇ ਖੜਾ ਆ ਮੈਂ, ਕਿਹਾ ਚੱਲ ਆਹ ਦੇਖ ਲਓ ਕੀ ਹਾਲ ਆ। ਪਤਾ ਨਹੀਂ ਕਿਹਨੇ ਟਾਰਪ ਪਾਈ ਕਿਹਨੇ ਨਹੀਂ, ਇੰਨੇ ਵਾਰੀ ਸਹੀ ਕਰਤੀ। ਮੈਨੂੰ ਤਾਂ ਖੜ੍ਹਨਾ ਪੈ ਗਿਆ 5 ਵਾਰੀ ਰਾਹ 'ਚ। ਹੁਣ ਬੰਜੀਆਂ ਦੇਣੇ ਆ ਜੇ ਮਿਲ ਗਈਆਂ ਤਾਂ, ਨਹੀਂ ਤਾਂ ਫਿਰ ਉਹ ਖੋਲ੍ਹ ਕੇ ਉੱਧਰੋਂ ਕਸਣੀਆਂ ਪੈਣਗੀਆਂ। ਪਰ ਵੀ ਸੋ ਇਹ ਦੋ ਹੁੰਦੀਆਂ ਆ, ਆਹ 28 ਫੁੱਟ ਦੀ ਆ ਅਤੇ ਆਹ 35 ਫੁੱਟ ਦੀ ਆ। ਸੋ ਇਹ ਜਦੋਂ ਤੋਰਨੀ ਹੈ ਨਾ ਸੁਪਰ ਵੀ, ਕਦੋਂ ਵੀ ਤੋਰਨੀ ਆ ਤਾਂ ਮੈਂ ਤੁਹਾਨੂੰ ਦੱਸਦਾ ਵੀ ਗੇਅਰ ਵਾਲਾ ਟਰੱਕ ਕਿੱਦਾਂ ਤੋਰੀ ਦੀ ਹੁੰਦੀ ਆ। ਜਦੋਂ ਵੀ ਆਪਾਂ ਨਾ ਤੋਰਨਾ ਆ ਸੁਪਰ ਵੀ ਗੇਅਰ ਵਾਲਾ ਟਰੱਕ ਹੋਵੇ ਤਾਂ ਸਭ ਤੋਂ ਪਹਿਲਾਂ ਲੋਅ ਗੇਅਰ 'ਚ ਪਹਿਲਾਂ ਵੀ ਨਹੀਂ ਪਾਉਣਾ। ਲੋਅ ਗੇਅਰ ਜਿਹੜਾ ਹੈਗਾ ਆ ਉਹ ਆਪਾਂ ਲੈਫਟ ਲੈ ਕੇ ਬੈਕ ਨੂੰ ਆ। ਸੋ ਇਹ ਹੈਗਾ ਇਹਦਾ ਲੋਅ ਗੇਅਰ। ਹਮੇਸ਼ਾ ਹੀ ਸੁਪਰ ਵੀ ਲੋਅ ਗੇਅਰ 'ਚ ਤੋਰਨੀ ਆ, ਕਿਉਂਕਿ ਪਹਿਲੇ 'ਚ ਤੋਰੋਗੇ ਨਾ ਜੰਪ ਜੇ ਮਾਰਨ ਲੱਗ ਜਾਂਦਾ ਟਰੱਕ। ਲੋਅ ਗੇਅਰ 'ਚ ਤੋਰੋਗੇ ਤਾਂ ਵਧੀਆ ਟਰੱਕ ਤੁਰੂਗਾ ਤੁਹਾਡਾ, ਫਿਰ ਹੌਲੀ ਹੌਲੀ ਆ ਲਓ। ਪਹਿਲਾ ਗੇਅਰ ਪਾਤਾ ਆਪਾਂ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਮੁੜਦੀ ਵੀ ਇਹ ਤਾਂ ਚੱਕ ਕੇ ਆ। ਜਿੱਥੋਂ ਪਿਕਅਪ ਕਰਨੀ ਸੀ ਨਾ, ਲੋਕੇਸ਼ਨ ਤਾਂ ਕੰਪਨੀ ਨੇ ਆਹੀ ਦਿੱਤੀ ਆ। ਇੱਥੇ ਹੋਰ ਵੀ ਸੁਪਰ ਵੀ ਖੜੀਆਂ ਆ, ਵਾਹਵਾ ਖੜੀਆਂ ਆ 6-7, ਅਤੇ ਇੱਥੇ ਨਾ ਤਾਂ ਕੋਈ ਆਫਿਸ ਆ ਕਿਸੇ ਦਾ, ਅਤੇ ਹੁਣ ਉਹ ਸਾਹਮਣੇ ਹੈਗਾ ਆ, ਕੁਛ ਸਾਹਮਣੇ ਦੇਣੇ ਆ, ਗੱਡੀ ਖੜੀ ਆ ਇਕੱਲੀ ਬਸ। ਇੱਧਰ ਰੇਲਵੇ ਟਰੈਕ ਆ। ਮੈਂ ਵੀ ਕਨਫਿਊਜ਼ ਹੋਇਆ ਵਾ ਵੀ, ਕਨਫਿਊਜ਼ ਹੋ ਗਏ ਬਈਆ ਕਿ ਜਾਏ ਤੋਂ ਜਾਏ ਕਹਾਂ।
ਨਾ ਹੁਣ ਇੱਥੇ ਪਤਾ ਲੱਗਦਾ ਪਿਕਅਪ ਕਰਨੀ ਕਿੱਥੋਂ ਆ। ਜਿਹੜਾ ਇਹਨਾਂ ਨੇ ਨੰਬਰ ਦਿੱਤਾ ਸੀ ਉਹ ਚੱਕਦੇ ਨਹੀਂ, ਮੈਂ ਫੋਨ ਲਾਇਆ। ਇਹ ਵੀ ਲੋਕ ਆ, ਬੰਦਾ ਹੀ ਕੋਈ ਹੈ ਨੀ। ਹੁਣ ਪੁੱਛੀਏ ਤੇ ਪੁੱਛੀਏ ਕਿਹਨੂੰ। ਸੁੱਤਰ ਵੀ ਤਾਂ ਬਹੁਤ ਖੜੀਆਂ ਇੱਥੇ, ਮਗਰ ਦੀ ਵੀ ਦੇਖ ਲੈਂਦੇ ਇੱਕ ਵਾਰੀ ਟਰਾਈ ਕਰਕੇ। ਵੀ ਇੱਥੇ ਹਿਸਾਬ ਕਿਤਾਬ ਕੀ ਆ, ਮਗਰ ਵੀ ਦੇਖ ਲੈ ਕੋਈ ਨਹੀਂ ਹੈਗਾ। ਕੰਪਨੀ ਨੂੰ ਫੋਨ ਲਾ ਕੇ ਕਹਿੰਦੇ ਆ ਵੀ ਭਾਈ ਵੀ ਇੱਥੇ ਤਾਂ ਕੋਈ ਵੀ ਨਹੀਂ ਹੈਗਾ। ਰੋਟੀ ਮੇਰੇ ਕੋਲੋਂ ਮੁੱਕ ਗਈ ਆ ਅਤੇ ਹੁਣ ਮੰਗਾਇਆ ਆਪਾਂ ਪੀਜ਼ਾ, ਰੈੱਡ ਛਾਉਣ ਵਾਲਿਆਂ ਦਾ ਪੀਜ਼ਾ। ਦੇਖੋ ਬੜਾ ਘੈਂਟ ਆ ਯਾਰ, ਬਹੁਤ ਸਵਾਦ ਹੁੰਦਾ ਪੀਜ਼ਾ, ਮੇਰਾ ਫੇਵਰੇਟ ਆ ਹੈ ਨਾ, ਪਰ ਮੈਂ ਬਾਹਲਾ ਨਹੀਂ ਖਾਂਦਾ। ਚਲੋ ਮਜਬੂਰੀ ਨੂੰ ਖਾਣਾ ਪੈ ਗਿਆ ਵੀ ਰੋਟੀ ਮੁੱਕ ਗਈ ਕਰਕੇ, ਸੋ ਹੁਣ ਪੀਜ਼ੇ ਨਾਲ ਹੀ ਗੁਜ਼ਾਰਨਾ ਪੈਣਾ ਟਾਈਮ ਸਾਰਾ। ਚਲੋ ਖਾਈਏ ਫਿਰ ਪੀਜ਼ਾ। ਸਰਦਾਰ ਬਾਈ ਆਇਆ ਡਿਲੀਵਰੀ ਦੇਣ, ਉਹਦੇ ਅਤੇ ਬਾਈ ਨੂੰ ਆਖਿਆ ਸੀ ਮੈਂ ਬਾਈ ਰੋਟੀ ਮੁੱਕ ਗਈ, ਅਤੇ ਬਾਈ ਕਹਿੰਦਾ ਮੈਂ ਬਾਈ ਆਪਣੀ ਵਾਈਫ ਨੂੰ ਪੁੱਛਿਆ ਵੀ ਘਰ ਹੀ ਆ ਹੈ ਨਾ, ਅਤੇ ਬਾਈ ਕਹਿੰਦਾ ਬਾਈ ਮੈਂ ਤੈਨੂੰ ਰੋਟੀ ਫੜਾ ਜਾਂਦਾ ਹਾਂ ਜੇ ਚਾਹੀਦੀ ਹੈ ਤਾਂ। ਨਾ ਯਾਰ, ਮੈਂ ਕਿਹਾ ਬਾਈ ਯਾਰ ਧੰਨਵਾਦ, ਦਿਲ ਜਿੱਤ ਲਿਆ ਯਾਰ ਬਾਈ ਨੇ, ਥੈਂਕ ਯੂ ਬਾਈ ਯਾਰ, ਬਹੁਤ ਬਹੁਤ ਧੰਨਵਾਦ ਮੇਰਾ ਵੀਰ ਯਾਰ ਤੇਰਾ। ਮੈਂ ਕਿਹਾ ਹੁਣ ਤਾਂ ਪੀਜ਼ਾ ਮੰਗਾ ਲਿਆ ਬਾਈ ਮੈਂ ਯਾਰ। ਆਪਾਂ ਵਿਚਾਰ ਜਾਣਦੇ ਹਾਂ ਵੀ ਜਿਹੜੇ ਹੈ ਨਾ ਲੋਕ ਕਹਿ ਦਿੰਦੇ ਵੀ ਯਾਰ ਮੈਂ ਵੀ ਆਉਣਾ ਕਨੇਡਾ, ਅਤੇ ਵੀ ਮੈਂ ਇਕੱਲਾ ਬਸ ਟਰੱਕ ਡਰਾਈਵਰ ਹੀ ਬਣਨਾ, ਕਿਉਂਕਿ ਟਰੱਕ ਡਰਾਈਵਰ ਜਾਵਾਂ ਵੀ ਪੈਸੇ ਬਣਦੇ ਹੈ ਨਾ, ਤਾਂ ਵੀ ਹੋਰ ਬਾਈ ਤੋਂ ਵਿਚਾਰ ਜਾਣਦੇ ਆ ਵੀ ਬਾਈ ਕੋਈ ਸਲਾਹ ਦਿਓ ਨਵੇਂ ਮੁੰਡਿਆਂ ਨੂੰ ਵੀ ਕੀ ਸਿੱਖ ਕੇ ਆਉਣ ਹੈ ਨਾ, ਵੀ ਇਕੱਲਾ ਟਰੱਕਾਂ ਹੀ 'ਚ ਨਹੀਂ ਹੈ ਨਾ ਪੈਸਾ ਹੈਗਾ, ਪੈਸਾ ਇੱਥੇ ਹੋਰ ਵੀ ਬਹੁਤ ਆ, ਅਤੇ ਬਾਈ ਆਪਣੇ ਵਿਚਾਰ ਦਿਓ ਹੈ ਨਾ ਨਵੇਂ ਮੁੰਡਿਆਂ ਨੂੰ ਵੀ ਟਰੱਕਿੰਗ ਤੋਂ ਇਲਾਵਾ ਹੋਰ ਵੀ ਤੁਸੀਂ ਕੀ ਸਿੱਖ ਕੇ ਆ ਸਕਦੇ ਹਾਂ। ਇਹਨਾਂ ਨੇ ਆਉਣਾ ਗਾ ਟਰੈਕਿੰਗ ਤੋਂ ਇਲਾਵਾ ਮੁੰਡੇ ਸਕਿੱਲ ਜੋਬ ਸਿੱਖ ਕੇ ਆਉਣਾ, ਠੀਕ ਹੈ ਨਾ। ਠੀਕ ਹੈ ਜੀ।
ਚਲ ਜਾਓ ਤੇ ਜਿਵੇਂ ਮਤਲਬ ਵੀ ਹੇਅਰ ਕਟਿੰਗ ਹੋ ਗਿਆ, ਹਾਂਜੀ, ਕੋਈ ਮਤਲਬ ਜਿਵੇਂ ਮੁੰਡੇ ਟੈਟੂ ਬਣਾਉਂਦੇ ਆ ਇੱਦਾਂ ਦੇ ਕੰਮ ਕਾਰ ਹੋ ਗਏ, ਜਿਵੇਂ ਕਈ ਵਾਰ ਹੋਰ ਸਕਿੱਲ ਜੋਬਾਂ ਹੋ ਗਈਆਂ, ਬੈਲਟਰ ਦਾ ਕੰਮ ਸਿੱਖ ਲੈਣ, ਮਕੈਨਿਕ ਦਾ, ਬਈ ਮਕੈਨਿਕ 'ਚ ਬਹੁਤ ਪੈਸੇ ਬਣਦੇ ਆ, ਹਾਂ ਹਾਂ ਮਕੈਨਿਕੀ ਦਾ ਇੱਦਾਂ ਦੇ ਕੰਮ ਸਿੱਖੇ ਹੋਣ ਬਈ, ਕਿਉਂਕਿ ਹੈ ਨਾ ਆਪਾਂ ਜੇ ਕਹੀਏ ਵੀ ਬਈ ਟਰੈਕਿੰਗ 'ਚ ਪੈਸੇ ਆ, ਹੈ ਨਾ, ਟਰੱਕ ਰੋਡ 'ਤੇ ਚੱਲਦੇ ਸੋਹਣੇ ਲੱਗਦੇ ਹੈ ਨਾ, ਹਾਂ ਹਾਂ ਬਈ ਪੈਸੇ ਹੈਗੇ ਆਪਾਂ ਬੇਸ਼ੱਕ ਵੀ ਆਪਾਂ ਕਹਿੰਦੇ ਹਾਂ ਨਾ, ਪਰ ਪੈਸੇ ਦੇ ਨਾਲ ਨਾਲ ਫਿਰ ਤੁਸੀਂ ਇਹ ਵੀ ਦੇਖੋ ਘਰੇ ਵੀ ਨਹੀਂ ਮੁੜਨਾ ਤੁਸੀਂ, ਪੰਜ ਪੰਜ ਛੇ ਛੇ ਦਿਨ ਫਿਰ ਕਈ ਵਾਰੀ ਜੇ ਰੋਟੀ ਮੁੱਕ ਗਈ ਹੈ ਨਾ, ਫਿਰ ਬਾਹਰੋਂ ਖਰਚੇ ਵੀ ਹੈਗੇ ਨਾਲ ਨਾਲ, ਜੇ ਆਪਾਂ ਕਹਿ ਦਈਏ ਹੈ ਨਾ ਟਰੈਕਿੰਗ 'ਚ ਪੈਸੇ ਹੈਗੇ ਅਤੇ ਖਰਚੇ ਵੀ ਨਾਲ ਆ, ਬਾਕੀ ਬਈ ਰਿਸਕ ਵੀ ਹੈਗਾ ਇਹ 'ਚ, ਹਾਂਜੀ 24 ਘੰਟੇ ਆਪਾਂ ਰੋਡਾਂ ਦੇ ਤਲੇ ਬਣਦੇ ਹਾਂ, ਸਹੀ ਗੱਲ ਆ ਬਈ, ਦਿਨ ਰਾਤ ਚਲਾਉਂਦੇ ਹਾਂ ਨਾ ਵੀ ਟਰੱਕ ਆਪਾਂ, ਬਾਕੀ ਐਂ ਬਈ ਟਰੱਕ ਦਾ ਫਿਰ ਜਦੋਂ ਮਰਜ਼ੀ ਚਲਾ ਲਾ, ਸਹੀ ਗੱਲ ਆ ਬਈ, ਬਾਕੀ ਸਕਿੱਲ ਜੋਬਾਂ ਦੇਖੋ ਬਈ, ਕਿਉਂਕਿ ਮੈਂ ਦੇਖਿਆ ਯਾਰ ਨਾ ਇੱਥੇ ਆਪਾਂ ਹੁਣ ਦੇਖਦੇ ਹਾਂ ਬਈ ਹੈ ਨਾ, ਜਿਹੜੇ ਮਕੈਨਿਕ ਆ ਮੰਨ ਲਓ ਰਾਤ ਨੂੰ ਕਈ ਵਾਰੀ ਰੋਡ ਕਾਲ ਕਰਨੀ ਪੈਂਦੀ ਨਾ ਸਰਵਿਸ ਕਾਲ ਹੈ ਨਾ, ਤੇ ਕਿੰਨੇ ਕਿੰਨੇ ਪੈਸੇ ਬਣਾ ਕੇ ਲੈ ਕੇ ਜਾਂਦੇ ਆ ਜਿਹੜੇ ਮਕੈਨਿਕ ਆਉਂਦੇ ਆ ਨਾ, ਸਹੀ ਗੱਲ ਆ ਬਈ, ਹਜ਼ਾਰ ਡਾਲਰ ਬਣਾ ਲੈਂਦੇ ਆ, ਹਾਂ ਮੈਂ ਇੱਕ ਦਿਨ ਦੇਖਿਆ ਮੇਰਾ ਟਰੱਕ ਖਰਾਬ ਹੋ ਗਿਆ ਤੇ 4 ਘੰਟਿਆਂ ਦਾ ਉਹ ਬਈ ਮਕੈਨਿਕ ਸੀਗਾ 4 ਘੰਟਿਆਂ ਦਾ $2000 ਲੈ ਕੇ ਗਿਆ, ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ 4 ਘੰਟਿਆਂ ਦਾ $2000 ਚਾਹੀਦਾ ਕਿ ਹਫ਼ਤੇ ਦਾ ਤੁਹਾਨੂੰ ਬਸ ਵਿੱਚ ਪੰਜਾਂ ਦਿਨਾਂ ਦਾ ਤੁਹਾਨੂੰ $1500-1600 ਚਾਹੀਦਾ ਆ, ਕਿਉਂਕਿ ਮਕੈਨਿਕੀ ਦਾ ਕੰਮ ਆ ਜਾਂ ਸਕਿੱਲ ਕੋਈ ਹੈ ਨਾ ਵੀ ਜਿਹਦੇ 'ਚ ਤੁਹਾਡੇ ਆਪਣੇ ਸਕਿੱਲ ਹੋਣ ਉਹ ਕੰਮ ਸਿੱਖੋ ਹੈ ਨਾ, ਵੀ ਮੈਂ ਤਾਂ ਬਾਈ ਤੋਂ ਰਹਿ ਲਈ ਆ, ਮੈਂ ਕਿਹਾ ਯਾਰ ਵੀ ਹੈ ਨਾ ਆਪਾਂ ਚਲੋ ਵਲੋਗ ਤਾਂ ਸਾਰੇ ਹੀ ਦਿੰਦੇ ਆ, ਪਰ ਜੇ ਕੋਈ ਇੱਕ ਵਧੀਆ ਰਹਿ ਦਓ ਕਿ ਤੁਹਾਡੀ ਜਿਹੜੀ ਵੀਡੀਓ ਦਿੰਦੇ ਹੈ ਨਾ ਵੀ ਹਾਂ ਯਾਰ ਉਹ ਅਗਲਾ ਸੋਚੇ ਵੀ ਹੈ ਨਾ ਬਾਈ ਉਹਨਾਂ ਨੇ ਆਹ ਰਹਿ ਦਿੱਤੀ ਅਸੀਂ ਵੀ ਆਹ ਵੀ ਕਰਕੇ ਆਈਏ, ਬਾਕੀ ਆਇਆ ਨਾ ਬਈ ਇੱਥੇ ਲੋਕ ਕਹਿੰਦੇ ਵੀ ਕੈਨੇਡਾ 'ਚ ਕੰਮ ਹੈ ਨਹੀਂ, ਕੰਮ ਹੈ ਨਹੀਂ ਗਾ ਲੇਬਰ 'ਚ, ਕਿਉਂਕਿ ਸਾਰੇ ਲੇਬਰ ਹੀ ਕਰੀ ਜਾਂਦੇ ਆ, ਜੇ ਬੰਦੇ ਕੋਲ ਸਕਿੱਲ ਹੈ ਬੰਦੇ ਨੂੰ ਕੰਮ ਨਹੀਂ ਹੋਊਗਾ ਕਦੇ ਵੀ, ਨਾਲੇ ਬੰਦੇ ਦੀ ਡਿਮਾਂਡ ਹੋਊਗੀ ਕੰਮ ਇੱਥੇ, ਉਹੀ ਗੱਲ ਆ ਨਾ ਹੁਣ ਬਈ ਉੱਥੇ ਆਉਂਦੇ ਹਾਂ ਹੈ ਨਾ ਆਪਾਂ ਇੰਡੀਆ ਤੋਂ ਆਪਾਂ ਇਹ ਸੋਚ ਕੇ ਆਉਂਦੇ ਹਾਂ ਵੀ ਯਾਰ ਮੈਂ ਬਣਨਾ ਟਰੱਕ ਡਰਾਈਵਰ, ਵੀ ਮੈਂ ਉੱਥੇ ਜਾ ਕੇ ਚਲਾਉਣਾ ਟਰੱਕ, ਆਪਾਂ ਇੰਡੀਆ ਤੋਂ ਇਹ ਸੋਚ ਕੇ ਆਉਂਦੇ ਹਾਂ ਵੀ ਬਸ ਟਰੱਕ ਹੀ ਚਲਾਉਣਾ ਵੀ ਯਾਰ ਉਹ ਬਈ ਟਰੱਕ ਚਲਾਉਂਦੇ ਆ, ਪਰ ਨਹੀਂ ਯਾਰ ਇੱਥੇ ਹੋਰ ਵੀ ਬਹੁਤ ਕੰਮ ਆ ਕੈਨੇਡਾ 'ਚ, ਇਹ ਨਹੀਂ ਹੈਗਾ ਵੀ ਕੈਨੇਡਾ 'ਚ ਕੰਮ ਨਹੀਂ ਹੈਗਾ, ਕੈਨੇਡਾ 'ਚ ਬਹੁਤ ਜ਼ਿਆਦਾ ਕੰਮ ਆ, ਜੇ ਤੁਹਾਡੇ ਕੋਲ ਆਪਣੇ ਕੋਲ ਸਕਿੱਲ ਆ ਨਾ ਇੰਨੇ ਪੈਸੇ ਆ ਨਾ, ਮੈਂ ਕਹਿੰਦਾ ਬਸ ਅੰਤ ਹੀ ਨਹੀਂ ਹੈਗਾ, ਕੰਸਟਰਕਸ਼ਨ ਦਾ ਕੰਮ 'ਚ ਇੰਨੇ ਪੈਸੇ ਬਣਦੇ ਆ, ਬਹੁਤ ਜ਼ਿਆਦਾ ਪੈਸੇ ਬਣਦੇ ਆ, ਪਰ ਆਪਾਂ ਇਹੀ ਕਹਿ ਸਕਦੇ ਵੀ ਸੈਡ ਸਟੋਰੀ ਕੋਈ ਸਿੱਖ ਕੇ ਨਹੀਂ ਆਉਂਦਾ, ਆ ਹੇਅਰ ਕਟਿੰਗ ਦੇ ਵਿੱਚ ਬਾਈ ਨੇ ਦੱਸਿਆ ਵੀ ਇੰਨੇ ਪੈਸੇ ਬਣਦੇ ਆ, ਹੁਣ ਬੰਦਾ ਆਪਦਾ 24 ਘੰਟੇ ਘਰੇ ਰਹਿੰਦਾ, ਆਪਦਾ ਸ਼ਿਫਟ ਪੂਰੀ ਕਰਕੇ ਆਪਦਾ ਟਾਈਮ ਨਾਲ ਸੌਂਦਾ, ਠੀਕ ਆ ਨਾ, ਆਪਦਾ ਖਾਣਾ ਪੀਣਾ ਖਾਂਦਾ, ਇੱਥੇ 7-7 ਦਿਨ ਪਈਆਂ ਰੋਟੀਆਂ ਖਾਣੀਆਂ ਪੈਂਦੀਆਂ ਨੇ, ਹੁਣ ਹੇਅਰ ਕਟਿੰਗ ਦੇ ਵਿੱਚ ਹੀ ਆਪਾਂ ਬਾਈ ਜੇ ਦੇਖੀਏ ਹੈ ਨਾ, ਤਾਂ ਇੱਥੇ ਘੱਟੋ ਘੱਟ $20-35 ਲੈਂਦੇ ਹੈ ਨਾ, ਜੇ ਆਪਾਂ ਦਾੜੀ ਵੀ ਕਟਾਉਣੀ ਹੇਅਰ ਵੀ ਕਟਾਉਣੇ ਹੈ ਨਾ, ਮੈਂ ਲਾ ਲਾ ਵੀ ਇੱਥੇ 20 ਪੈਕੇਜ ਤੇ ਬ੍ਰੈਂਪਟਨ ਦਾ ਬਾਈ 55-55 ਲੈਂਦੇ ਆਰਾਮ ਨਾਲ, ਹਾਂਜੀ, ਸੋ ਬਾਈ ਆਪਣੀ ਤਾਂ ਸਾਰਿਆਂ ਨੂੰ ਇਹੀ ਸਲਾਹ ਵੀ ਆਪਣਾ ਕੋਈ ਸਕਿੱਲ ਸਿੱਖ ਕੇ ਆਓ ਜਿਹਨੇ ਵੀ ਆਉਣਾ ਆ, ਤਾਂ ਕਿ ਤੁਹਾਨੂੰ ਇੱਥੇ ਕਿਸੇ ਦੀ ਆ ਕੇ ਮਿਹਨਤ ਨਾ ਕਰਨੀ ਪਵੇ ਵੀ ਯਾਰ ਮੈਨੂੰ ਕੰਮ ਲਵਾ ਦਿਓ ਮੇਰੇ ਕੋਲ ਕੰਮ ਹੈ ਨਹੀਂ ਗਾ, ਤੁਹਾਡੇ ਕੋਲ ਸਕਿੱਲ ਹੋਊਗਾ ਨਾ ਤਾਂ ਤੁਹਾਨੂੰ ਇੱਥੇ ਬੰਦੇ ਇਉਂ ਚੱਕ ਕੇ ਲੈ ਕੇ ਜਾਣਗੇ ਜਿਵੇਂ ਲੁਧਿਆਣੇ ਵਾਲੇ ਰੇਲਵੇ ਸਟੇਸ਼ਨ ਤੋਂ ਪੰਜਾਬੀ ਭਈਏ ਚੱਕ ਕੇ ਲੈ ਕੇ ਆਉਂਦੇ ਆ, ਮਾਇਲ ਨਾ ਕਰਿਓ ਬਟ ਐਗਜ਼ਾਮਪਲ ਦਿੱਤੀ ਆ, ਸਕਿੱਲ ਹੋਣਾ ਚਾਹੀਦਾ ਆ, ਕਿਉਂਕਿ ਆਪਣੇ ਪੰਜਾਬੀਆਂ ਨੂੰ ਪਤਾ ਆ ਵੀ ਭਈਏ ਜਿਹੜੇ ਝੋਨਾ ਜ਼ਿਆਦਾ ਲਾਉਂਦੇ ਆ ਤੇਜ਼ ਲਾਉਂਦੇ ਆ, ਇੱਥੇ ਸਕਿੱਲ ਵਾਲੇ ਬੰਦੇ ਦੀ ਬਹੁਤ ਕਦਰ ਆ, ਗੋਰੇ ਪੂਰੀ ਕਦਰ ਕਰਦੇ ਜਿਹਦੇ ਕੋਲ ਸਕਿੱਲ ਹੋਵੇ,
ਹੁਣ ਆਪਾਂ ਕੰਮ ਕਹਿ ਦਿੰਦੇ ਆ, ਕੰਮ ਲੇਬਰਾਂ 'ਚ ਹੀ ਬੜੀ ਜਾਂਦੇ, ਸਾਰੇ ਜਾਣੇ ਲੇਬਰਾਂ 'ਚ ਹੀ ਬੜੀ ਜਾਂਦੇ ਆ, ਹੁਣ ਉੱਥੇ ਕਿੰਨੇ ਜਾਣੇ ਬੰਦੇ, ਕਿੰਨੇ ਕਿਵੇਂ ਲੇਬਰ ਕਰੀ ਜਾਣਗੇ ਤੁਸੀਂ ਐਂ? ਸਹੀ ਗੱਲ ਆ ਬਾਈ, ਅੱਜ ਮੈਂ ਬਾਈ ਨਾ ਮੈਂ ਟਰੱਕ ਖੜਾਇਆ ਸੀ ਉੱਥੇ ਕਿਉਂਕਿ ਉਹਦੀ ਡਿਲੀਵਰੀ ਕਰਨੀ ਆ ਆਪਾਂ ਮੰਡੇ, ਅੱਜ ਫੀਲਿੰਗ ਹੋਰ ਹੀ ਆਉਣ ਡਈ ਆ ਵੀ ਯਾਰ ਮੈਂ ਟੀਮ 'ਚ ਇਉਂ ਲੱਗ ਰਿਹਾ ਵੀ ਜਿਵੇਂ ਟੀਮ 'ਚ ਟਰੱਕ ਚਲਾ ਰਹੇ ਹਾਂ। ਬਾਈ ਹੁਣੇ ਆਪਣੇ ਆਏ ਸੀਗੇ USA ਤੋਂ, USA ਤੋਂ ਆ ਕੇ ਫਿਰ ਕੈਲਗਰੀ ਆਏ ਆ, ਕੈਲਗਰੀ ਤੋਂ ਹੁਣ ਪਿੰਡ ਨੂੰ ਚੱਲੇ ਹਾਂ ਜੀ, ਟਰੱਕ ਲਾਤਾ ਸੀ ਪੰਪ 'ਤੇ,